ਨਹੀਂ ਕੋਈ ਸੁਤਰਾ ਕਰ ਤੇ ਕੀਤਾ ਸੀਮੇ ਤੇ ਟਪਾ ਸਕੇ ਮਾਲਕ ਅੱਛਾ ਚਿੱਤਾ ਵਧਾ ਬਾਸੀ ਇੱਕ ਸਫੇਦ ਜਮਦੀ ਦੀ ਦੀਵਾਰ ਸਾਹ ਸਲਾਮ ਅਲੈਕੁਮ ਮਿਸਤਰੀ ਸਾਹਿਬ ਵਾਲੇਕੁਮ ਸਲਾਮ ਕੀ ਹਾਲ ਹੈ ਮਾਲਕ ਸਾਹਿਬ ਠੀਕ ਹੋ ਫਟੋ ਵਾ ਅੱਲਾ ਕਰਮ ਮਿਸਤਰੀ ਮਿਸਤਰੀ ਤੇ ਕੋਈ ਹਾਲ ਨਹੀਂ ਓ ਨੋ ਮੈਂ ਤੇ ਕੁਛ ਹੀ ਮੇ ਦੇ ਕੇ ਕੰਮ ਤੇ ਲਈ ਖਾਣਾ ਸਾਹਿਬ ਮੈਂ ਕੀ ਕਰਾਂ ਮੇਰੀ ਮਜਬੂਰੀ ਹੈ ਮੇਰੇ ਮਜ਼ਦੂਰ ਕੰਮ ਨਹੀਂ ਕਰਦੇ ਮੈਂ ਕੀ ਕਰਾਂ ਦੱਸ ਤੂੰ ਯਾਰ ਹੁਣ ਉੱਤੇ ਜੋ ਤੇ ਮੇਰੇ ਨਾਲ ਤਾਂ ਠੇਕਾ ਮੁਗਾ 70,000 ਰੁਪਏ ਦਾ ਜੇ ਹਿੰਦਰੇ ਕਲਿਆਰ ਬਲੇ ਦਾ ਫਿਰ ਹੈ ਕੰਡੀ ਤੋਂ ਦਿੱਤੀ ਗਣੀ ਬਾਕੀ ਕਾ ਨਾ ਹੋਗਾ ਕਰੇ ਸੀ ਬੜ ਬਿਆ ਵੀ ਵੀ ਬੁਰੇ ਵੀ ਜੇ ਵੀ ਖਤਮ ਦੇ ਗਏ ਮਿਸਤਰੀ ਦਾ ਕੰਮ ਤਾਂ ਹੁੰਦੇ ਸਰ ਦੇਖਭਾਲ ਕਰਾਂ ਬਾਕੀ ਕੰਮ ਤਾਂ ਕਰਨ ਦਾ ਨਾ ਮਜ਼ਦੂਰ ਉਹ ਤੇ ਤੇਰੇ ਤੇ ਡਿਪੈਂਡ ਹੈ ਮਜ਼ਦੂਰ ਕਰੇ ਜਾਂ ਤੂੰ ਖੁਦ ਕਰੇ ਮੈਂ ਕੋਈ ਵਾਸਤਾ ਕਰਾਂ ਸੀਮੈਂਟ ਬਿਜਲੀ ਉਗਰ ਲੈ ਮੈਂ ਹੁਣ ਮੱਕੀ ਖਤਾ ਕਰਨ ਵੇਚ ਖਾ ਲਿਓ ਬਚਾਈ ਲੈ ਜਿਹੜੇ ਕੀਤੀ ਮੈਂ ਤੇਰੀ ਜਾੜੀ ਜੋ ਕਰਾ ਪੈਦੇ ਮੈਂ ਤੇਰੀ ਜਾੜੀ ਚ ਪੈਸੇ ਕੱਢ ਗਿੰਦਾ ਮੇਰੀ ਜਾੜੀ ਚ ਕਿਉਂ ਕਟਾ ਮੈਂ ਰੁਪਿਆ ਤੇ ਕੋਲ ਲੈ ਸਹੀ ਮੈਂ ਤਾਂ ਕਰ ਬੰਦੇ ਬੁਧਰ ਨੂੰ ਕਰ ਮੈਂ ਪੈਸੇ ਪੂਰੇ ਰੋਟੀਆਂ ਨਹੀਂ ਖਿੰਸੋ ਰੋਟੀਆਂ ਤੇ ਬਾਅਦ ਮੈਂ ਲੈ ਸਾ ਅੱਜ ਤਵਾਰ ਰੋਟੀਆਂ ਦੇ ਦੇ ਨਹੀਂ ਆਪਣੇ ਗਿੰਸਾ ਮੈਂ ਖੋਸ ਖਾਵੇ ਬਾਬਾ ਨਾ ਕੋ ਮੈਂ ਕੰਮ ਚੈੱਕ ਕਰ ਤਕਰੀ ਨਾ ਕਰ ਮੈਂ ਨਹੀਂ ਤੇ ਮੈਂ ਕੋਈ ਰਾਗਿਤ ਕਰ ਤੇ ਨਹੀਂ ਦੇ ਸਾਬੇ ਦੇ ਵੀ ਜਦੀ ਇਹ ਤੇ ਕਾਲੀ ਬਦਿਆ ਬਤ ਕਿ ਨਹੀਂ ਖਾ ਰਿਹਾ ਇਹ ਮੈਨੂੰ ਦਿਲ ਤੇ ਕਰਦੇ ਹੁਣੀ ਵਿੱਚ ਟਫਾ ਜਣਾ ਇਹ ਹਵਾ ਲੱਗਦੀ ਕਰੀ ਹਵਾ ਲੱਗਦੀ ਪੈਸੇ ਹੀ ਹਵਾ ਲੱਗਦੀ ਮੈਡਮ ਜਿਵੇਂ ਮਿਸਤਰੀ ਕੰਮ ਕੀਤੀ ਪੈਸੇ ਤਾਂ ਕੂਵੇ ਮਿਲ ਗਏ ਪੈਸੇ ਮੇਰਾ ਹਿਸਾਬ ਕਰ ਦੇ ਹਿਸਾਬ ਕਰ ਦੇ ਛੋੜਾ ਰੁਪਏ ਚ ਕੰਮ ਕਰੇ ਕਰ ਜੁਗੇ ਵਾਲਾ ਵਾਪਸੇ ਬਣੇ ਨਾ ਬਣੇ ਨਾ ਨਿਕਲ ਮੈਨੂੰ ਤਾਂ ਮੈਂ ਤਰਸ ਫਰੀ ਫੋੜ ਦਾ ਕੀ ਪਿਆ ਕਰਾਂ ਜੀ ਵਦਾ ਯਾ ਫਿਰ ਦਾ ਮਿਸਤਰੀ ਗੁੱਸੇ ਦੇ ਆ ਗਏ खड़ी है अरे ये हेक पा जाए खड़ी भी पता है घर पर सही मालिक साहब तो बात जाने तो मैं हिसाब कर मेरी है बात मेरा कोई हिसाब दे दे ना ठीक है अल्लाह का चले देखो सब ना तो मैं साहब साहब चली गा तेरा बच्चे कह दे चलो मार दे साहब साहब बच्चा कोई मसला नहीं यार और भाई रे साहब कर तो जिम्मेदारी गाल मेरी गौर सुनी और एक तू आप भी बनवाई बदी तेरे पति मिस्त्री काम की देखनी 5000 दे तेरी सीमेंट हेक ज्यादा लगी तो लगी है मैं हेक तो कह ले मैं इतना सीमेंट चाहती क्या पीछे थे और मेरी सीमेंट चाट के निकला मैं को सीमेंट के पैसे दे वे ये मार पसी ये मैंने ए ला था सीमेंट ए तो थोड़ा है सीमेंट तो रखी का मैं 6-7 बोरी है जिना बाकी है वो बाकी तो लद लंटर पाते बीम पाते 15000 की बोरी 15000 की बोरी भी ਆਪਾਂ ਦਾ ਟਾਈਮ ਬਹੁਤ ਕੰਮ ਸ਼ੁਰੂ ਹੋ ਕੰਮ ਦੂਤਰਾ ਜੇ ਹਾੜੇ ਦਾ ਬੱਚਾ ਵਾਲਾ ਯਾਰ ਮੈਂ ਕੰਮ ਕਰਾਂ ਬਿਆ ਮੈਂ ਤਾਂ ਠੀਆ ਖੜਾ ਬਾ ਚਲੋ ਯਾਰ ਕਰ ਯਾਰ ਕੰਮ ਤੱਕ ਮੈਨੂੰ ਪੂਰੀ ਮਿਲਦੀ ਯਾਰ ਅੱਲਾਹ ਅੱਜ ਦਾ ਮੈਂ ਤੱਕ ਹੋ ਲਵੇ ਯਾ ਤੂੰ ਆਪ ਖੜ ਵਜਾ ਕੀ ਹੋੜੇ ਮੈਂ ਤਾਂ ਸੋਣ ਤਾਂ ਕੰਮ ਉੱਚਾ ਮਿਸਤਰੀ ਆ ਮਰਾ ਕਿਵੇਂ ਖੜਾ ਮੈਂ ਤੇਰੇ ਨਾਲ ਸ਼ੱਕਲ ਕੋਲ ਤਾਂ ਫੇ ਕਾਲੀ ਲੱਗਦੀ ਮਜ਼ਦੂਰ ਆ ਦਿੱਤਾ ਕੋ ਗੋਲ ਲੈਣ ਵਾਲਾ ਚਲੋ ਕੋਈ ਮੰਨ ਲੈ ਮੈਂ ਮਜ਼ਦੂਰ ਚਾਹੀਦਾ ਅਰੇ ਜਰਾ ਸ਼ਰਤਾਂ ਬੁੱਕਿਆ ਯਾਰ ਵੀ ਤੈਨੂੰ ਪਤਾ ਹੈ ਆ ਠੀਕ ਹੈ ਮੈਂ ਕੋ ਪਤਾ ਹੈ ਵਾਲਾ ਮੈਂ ਮਿਸਤਰੀ ਉਡਾ ਸਨ ਉਹਦੇ ਬਾਰੇ ਖੋਜ ਕਰ ਰਿਹਾ ਸਨ ਨੋ 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 ਮਿਸਤਰੀ ਦਾ ਬਾਰੇ ਮੈਂ ਜਾਂ ਸਿਆਣ ਦੇ ਜਾਂ ਘਰ ਦੇ ਬਾਰੇ ਅੱਛਾ ਦੱਸ ਆਇਆ ਤੂੰ ਆ ਪਤਾ ਨਾ ਮੈਂ ਜੋ ਕਰ ਰਿਹਾ ਸਨ ਘਰ ਦੇ ਬਾਰੇ ਜਿੱਦਾਂ ਇਹ ਦੀ ਮੰਦਲ ਤਾਂ ਸਿੱਲਾ ਕੀ ਨੇ ਘਰ ਉੱਤੇ ਕਿਵੇਂ ਜਾ ਪਹਿਲੇ ਸਿੱਲਾ ਇਕੱਠਾ ਕਰ ਰੱਖਿਆ ਵਾਲਾ ਘਰਾਂ ਦੇ ਸੀ ਮੈਂ ਲੈਸਾਂ ਖੜਾ ਬਾਤ ਅੱਛਾ ਇਹ ਕੱਢ ਗਿੰਦ ਸੀ ਹਾਂ ਵਾਲੇ ਸਿੱਲਾ ਲੈ ਗਏ ਬਾਦ ਨਾ ਘਰਾਂ ਚਾ ਕੇ ਹਿੰਮਤ ਕਰ ਟੱਕਾ ਹੀ
چنگا تھا اے تو ہر بندے کستے آودی میں نہیں کتا میں وہ مزدور چبل نہ 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 مزدور دی مزدوری پیار ول وتر مستری مزدور تے کام کرا وینا اے مزدور تے نہیں دے کے چبل لے لواری اے یہ مزدور لتن تھا دیاد دے چار جگڑے تے 20000 گندی جاڑی اے سنگت دیکھو مزدور ایک مزدور دی مزدوری کھادی نے مستری ہے اپ ہی مزدور ہے لیکن والا کو احساس نہیں تھی آیا دوجے مزدور دی مزدوری کھادی وینا پہ لگا اللہ پاک کو اجر گنسی سی لیکن گزارش ہے کہیں مزدور حق نہ کھاؤ تاکہ مزدور دی حالت دیکھو کالا دھوں تھی گئی پیسے دے اٹھے